ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸੋਹਨ ਬਰਨਾਲਾ ਦੇ ਉੱਤੇ। ਸੋ ਇੱਕ ਵਾਰ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਕੋਲ। ਅਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਲੁਧਿਆਣੇ ਦੇ ਵਿੱਚ ਜਿਹੜੀਆਂ ਜੋਬਸ ਸਾਡੇ ਲਈ ਅਵੇਲੇਬਲ ਨੇ, ਲੁਧਿਆਣੇ ਦੇ ਨੇੜੇ ਰਹਿੰਦੇ ਜਾਂ ਲੁਧਿਆਣੇ ਦੇ ਵਿੱਚ ਜੋਬਸ ਕਰਨ ਦੇ ਇੱਛੁਕ ਜਿਹੜੇ ਨੇ ਉਹਨਾਂ ਕੈਂਡੀਡੇਟਸ ਦੇ ਲਈ ਇਹ ਵੀਡੀਓ ਜਿਹੜੀ ਅੱਜ ਸ਼ੂਟ ਕਰ ਰਹੇ ਹਾਂ। ਸੋ ਦੋਸਤੋ, ਲੁਧਿਆਣੇ ਦੇ ਵਿੱਚ ਜੋਬਸ ਜਿਹੜੀਆਂ ਨੇ ਅਵੇਲੇਬਲ, ਪਹਿਲਾਂ ਆਪਾਂ ਸਕੂਲਸ ਦੀ ਜੋਬਸ ਨੇ ਕੁਛ ਉਹਨਾਂ ਦੇ ਰਿਗਾਰਡਿੰਗ ਆਪਾਂ ਗੱਲ ਕਰਾਂਗੇ। ਵਾਇਲੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣੇ ਦੇ ਵਿੱਚ ਹੈ ਜੀ, ਤੁਹਾਡੇ ਕੋਲ ਦਿਖਾਈ ਵੀ ਦੇ ਰਿਹਾ ਹੈ, ਉੱਪਰ ਬਰਾਊਨ ਰੋਡ ਦੇ ਉੱਤੇ ਹੈ ਜੀ। ਇਹਦੇ ਵਿੱਚ ਟੀਚਰਸ ਚਾਹੀਦੇ ਨੇ, SST ਟੀਚਰ, ਸਾਇੰਸ ਟੀਚਰ, ਇੰਗਲਿਸ਼ ਟੀਚਰ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਇਸ ਸਕੂਲ ਦੇ ਵਿੱਚ ਰਿਸੈਪਸ਼ਨਿਸਟ ਅਤੇ ਸਟੋਰ ਕੀਪਰ ਦੀ ਵੀ ਜਿਹੜੀ ਆ ਉਹ ਜ਼ਰੂਰਤ ਹੈ। ਅਤੇ ਪ੍ਰੈਫਰੈਂਸ ਜਿਹੜੀ ਉਹ, ਜੇ ਤੁਸੀਂ ਐਕਸਪੀਰੀਅੰਸਡ ਕੈਂਡੀਡੇਟ ਇਸ ਇਹਨਾਂ ਵੈਕੈਂਟ ਪੋਜੀਸ਼ਨਸ ਦੇ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਪ੍ਰੈਫਰੈਂਸ ਜਿਹੜੀ ਉਹ ਦਿੱਤੀ ਜਾਊਗੀ। ਸਕੂਲ ਨੂੰ ਵਿਜ਼ਿਟ ਕਰਕੇ ਤੁਸੀਂ ਇਹਨਾਂ ਦੇ ਸਕੂਲ ਦੇ ਵਿੱਚ ਆਪਣਾ ਰਿਜ਼ਿਊਮ ਜਿਹੜਾ ਤੁਸੀਂ ਜਾ ਕੇ ਦੇ ਕੇ ਆ ਸਕਦੇ ਹੋ ਜੀ। ਤਾਂ ਰਿਜ਼ਿਊਮ ਜਿਹੜਾ ਤੁਹਾਨੂੰ ਸਕੂਲ ਦੇ ਵਿੱਚ ਵਿਜ਼ਿਟ ਕਰਕੇ ਉੱਥੇ ਪਕੜਾ ਕੇ ਆਉਣਾ ਪੈਣਾ। ਅਤੇ ਇਹ ਕੁਝ ਪੋਸਟਾਂ ਲੁਧਿਆਣੇ ਦੇ ਇਸ ਸਕੂਲ ਦੇ ਵਿੱਚ ਅਵੇਲੇਬਲ ਸੀ। ਅਗਲੇ ਸਕੂਲ ਦੀ ਜੇ ਆਪਾਂ ਗੱਲ ਕਰੀਏ, ਸਕੂਲ ਦਾ ਨਾਮ ਹੈ ਜੀ ਰੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ। ਇਹ ਸਕੂਲ ਵੀ ਲੁਧਿਆਣੇ ਦੇ ਵਿੱਚ ਆ ਜੀ, ਸ਼ਿਮਲਾਪੁਰੀ ਅਤੇ ਗਿੱਲ ਰੋਡ ਦੇ ਉੱਤੇ ਇਹ ਸਕੂਲ ਜਿਹੜਾ ਮੌਜੂਦ ਹੈ ਜੀ। ਉਸ ਤੋਂ ਇਲਾਵਾ ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਕਿ ਰਿਕੁਆਇਰਮੈਂਟ ਕੀ ਹੈ ਜੀ, ਤਾਂ ਇਸ ਸਕੂਲ ਦੇ ਵਿੱਚ ਕੈਮਿਸਟਰੀ ਦਾ ਟੀਚਰ ਚਾਹੀਦਾ ਹੈ ਜਿਹਦੀ BEd ਅਤੇ MSc ਕੈਮਿਸਟਰੀ ਹੋਵੇ। ਉਸ ਤੋਂ ਇਲਾਵਾ ਇੰਗਲਿਸ਼ ਟੀਚਰ ਦੀ ਜ਼ਰੂਰਤ ਹੈ, BEd ਪਲੱਸ MA ਇੰਗਲਿਸ਼ ਕੈਂਡੀਡੇਟ ਨੇ ਕਰੀ ਹੋਈ ਹੈ ਤਾਂ ਉਹ ਬਹੁਤ ਵਧੀਆ। ਅਤੇ ਉਸ ਤੋਂ ਇਲਾਵਾ SST ਟੀਚਰ ਦੀ ਵੀ ਜ਼ਰੂਰਤ ਹੈ ਇਸ ਸਕੂਲ ਦੇ ਵਿੱਚ। ਅਤੇ ਨਾਲ ਟੀਚਰ ਚਾਹੀਦਾ ਜੀ ਇਹਨਾਂ ਨੂੰ ਸਪੋਕਨ ਇੰਗਲਿਸ਼ ਦੇ ਲਈ, ਸਪੋਕਨ ਇੰਗਲਿਸ਼ ਦੇ ਲਈ ਟੀਚਰ ਜਿਹੜਾ ਚਾਹੀਦਾ। ਉਹਦੇ ਲਈ ਵੀ ਕੁਆਲੀਫਿਕੇਸ਼ਨ ਹੈ ਜਿਹੜੀ ਉਹ ਕੋਈ ਇਹਨਾਂ ਨੇ ਜਿਹੜੀ ਆ ਉਹ ਦੱਸੀ ਨਹੀਂ ਹੋਈ। ਤਾਂ ਜਿਨ੍ਹਾਂ ਦੀ ਵੀ ਲੈਂਗੁਏਜ ਦੇ ਉੱਤੇ ਕਮਾਂਡ ਅੱਛੀ ਹੈ ਉਹ ਕੈਂਡੀਡੇਟ ਜਿਹੜੇ ਇਸ ਪੋਸਟ ਦੇ ਲਈ ਅਪਲਾਈ ਕਰ ਸਕਦੇ ਨੇ। ਅਤੇ ਇਹਨਾਂ ਦੀ ਈਮੇਲ ਐਡਰੈਸ ਤੁਹਾਡੇ ਸਾਹਮਣੇ ਦਿੱਤਾ ਹੋਇਆ, ਤਾਂ ਤੁਸੀਂ ਇਹਦੇ ਵਿੱਚ ਆਪਣਾ ਰਿਜ਼ਿਊਮ ਜਿਹੜਾ ਅਪਡੇਟਡ ਰਿਜ਼ਿਊਮ ਜਿਹੜਾ ਤੁਹਾਡਾ ਕੀ ਐਕਸਪੀਰੀਅੰਸ ਉਹ ਰਿਜ਼ਿਊਮ ਦੇ ਵਿੱਚ ਜ਼ਰੂਰ ਐਡ ਕਰਕੇ ਤੁਸੀਂ ਪੋਸਟ ਕਰਿਓ ਇਹਨਾਂ ਨੂੰ। ਰਿਜ਼ਿਊਮ ਜਿਹੜਾ ਇਹਨਾਂ ਦੀ ਈਮੇਲ ID ਦੇ ਉੱਤੇ ਤੁਸੀਂ ਸੈਂਡ ਕਰ ਸਕਦੇ ਹੋ। ਅਗਲਾ ਜਿਹੜੀ ਲੁਧਿਆਣੇ ਦੇ ਵਿੱਚ ਚੰਗੀ ਜਿਹੜੀ ਸਾਨੂੰ ਚੰਗੀਆਂ ਲੱਗੀਆਂ ਉਹ ਪੋਸਟਾਂ, ਉਹ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਹੈ ਜੀ, ਇਹ ਗਿੱਲ ਪਾਰਕ ਗਿੱਲ ਰੋਡ ਲੁਧਿਆਣੇ ਦੇ ਵਿੱਚ ਹੀ ਹੈ ਜੀ। ਅਤੇ ਵੈਕੈਂਟ ਪੋਜੀਸ਼ਨਸ ਜਿਹੜੀਆਂ ਨੇ ਇਹਦੇ ਵਿੱਚ HRA ਮੈਨੇਜਰ ਚਾਹੀਦਾ, HR ਮੈਨੇਜਰ ਚਾਹੀਦਾ, ਅਤੇ ਉਸ ਤੋਂ ਇਲਾਵਾ ਮੈਸ ਮੈਨੇਜਰ ਦੀ ਇਸ ਦੇ ਵਿੱਚ ਜ਼ਰੂਰਤ ਹੈ, ਅਤੇ ਲੈਬ ਟੈਕਨੀਸ਼ੀਅਨ ਦੀ ਜ਼ਰੂਰਤ ਹੈ, ਅਤੇ ਲਾਇਬ੍ਰੇਰੀ ਅਸਿਸਟੈਂਟ ਦੀ ਜ਼ਰੂਰਤ ਹੈ, ਸਿਕਿਉਰਿਟੀ ਗਾਰਡ ਦੀ ਵੀ ਜ਼ਰੂਰਤ ਹੈ ਜੀ। ਇਹਨਾਂ ਸਾਰੀਆਂ ਹੀ ਵੈਕੈਂਸੀਜ਼ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਇਹਨਾਂ ਦੀ ਹੋਰ ਡਿਟੇਲ ਅਤੇ ਐਲੀਜੀਬਿਲਟੀ ਚੈੱਕ ਕਰਨ ਦੇ ਲਈ, ਇਹਨਾਂ ਜਿਹੜੀਆਂ ਇਹ ਜਿਹੜੀਆਂ ਵੈਕੈਂਟ ਪੋਜੀਸ਼ਨਸ ਨੇ ਇਹਨਾਂ ਦੀ ਐਲੀਜੀਬਿਲਟੀ ਅਤੇ ਡਿਟੇਲ ਚੈੱਕ ਕਰਨ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ। ਤੁਹਾਡੇ ਕੋਲ ਸਾਹਮਣੇ ਦਿਖਾਈ ਦੇ ਰਹੀ ਹੈ, ਇਸ ਵੈਬਸਾਈਟ ਨੂੰ ਵਿਜ਼ਿਟ ਕਰਕੇ ਤੁਸੀਂ ਡਿਟੇਲ ਵੀ ਪ੍ਰਾਪਤ ਕਰ ਸਕਦੇ ਹੋ, ਅਤੇ ਬਾਕੀ ਨੰਬਰ ਜਿਹੜਾ ਇਹਨਾਂ ਦੇ ਉਹ ਵੈਬਸਾਈਟ ਤੋਂ ਤੁਸੀਂ ਲੈ ਸਕਦੇ ਹੋ। ਅਤੇ ਤੈਨੂੰ ਕਾਲ ਕਰਕੇ ਆਪਣੀ ਕੁਐਰੀ ਜਿਹੜੀ ਹੈ ਉਹਨਾਂ ਨੂੰ ਹੋਰ ਡਿਟੇਲ ਦੇ ਵਿੱਚ ਪੁੱਛ ਸਕਦੇ ਹੋ। ਅਤੇ ਅਗਲੀ ਜਿਹੜੀ ਵੈਕੈਂਸੀਜ਼ ਦੀ ਗੱਲ ਕਰਾਂਗੇ ਉਹ ਆ ਅਕਾਊਂਟਸ ਦੀ ਵੈਕੈਂਸੀ ਹੈ ਜੀ। ਅਕਾਊਂਟਸ ਇਹ ਹੈ ਜੀ, ਬਾਈਸਾਈਕਲ ਪਾਰਟਸ ਮੈਨੂਫੈਕਚਰਿੰਗ ਕੰਪਨੀ ਹੈ ਢੰਡਰੀ ਕਲਾਂ ਲੁਧਿਆਣੇ ਦੇ ਵਿੱਚ ਹੈ ਜੀ। ਅਤੇ ਫੁੱਲ ਟਾਈਮ ਅਕਾਊਂਟੈਂਟ ਦੀ ਜ਼ਰੂਰਤ ਹੈ, ਜਿਹਨੂੰ ਫੁੱਲ ਨੌਲੇਜ ਹੋਵੇ GST ਅਤੇ ਇਨਕਮ ਟੈਕਸ ਰਿਟਰਨਸ ਦੀ, ਉਹ ਕੈਂਡੀਡੇਟ ਇਸ ਦੇ ਲਈ ਅਪਲਾਈ ਕਰ ਸਕਦੇ ਨੇ। ਈਮੇਲ ਐਡਰੈਸ ਜਿਹੜਾ ਤੁਹਾਨੂੰ ਦਿੱਤਾ ਹੋਇਆ, ਅਤੇ ਨਾਲ ਹੀ ਇਹ ਵੀ ਤੁਹਾਨੂੰ ਦੱਸ ਦਈਏ ਕਿ 12,000 ਪਲੱਸ ਜਿਹੜੀ ਇਸਦੇ ਲਈ ਸੈਲਰੀ ਜਿਹੜੀ ਉਹਨਾਂ ਨੇ ਦੱਸੀ ਹੋਈ ਆ। ਅਤੇ ਤੁਸੀਂ ਇਹਨਾਂ ਪੋਜੀਸ਼ਨਸ ਦੇ ਲਈ ਅਪਲਾਈ ਕਰ ਸਕਦੇ ਹੋ। ਇਹ ਕੁਛ ਪੋਜੀਸ਼ਨਸ ਸੀ ਜਿਹੜੀਆਂ ਲੁਧਿਆਣੇ ਵਿੱਚ ਰਹਿੰਦੇ ਕੈਂਡੀਡੇਟਸ ਨੇ ਉਹਨਾਂ ਦੇ ਲਈ ਸੀ। ਅਤੇ ਬਾਕੀ ਤੁਸੀਂ ਸਾਡਾ ਚੈਨਲ ਜਿਹੜਾ ਉਹ ਸਬਸਕ੍ਰਾਈਬ ਕਰੋ, ਅਸੀਂ ਇਸੇ ਤਰ੍ਹਾਂ ਦੀਆਂ ਵੀਡੀਓਜ਼ ਆਪਣੇ ਚੈਨਲ ਦੇ ਉੱਤੇ ਜਿਹੜੀਆਂ ਲਗਾਤਾਰ ਪੋਸਟ ਕਰਦੇ ਹਾਂ। ਅਤੇ ਉਸ ਤੋਂ ਇਲਾਵਾ ਜੇ ਤੁਹਾਨੂੰ ਵੀਡੀਓ ਜਿਹੜੀ ਉਹ ਚੰਗੀ ਲੱਗੀ ਹੈ, ਇਸ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਆਪਣੇ ਦੋਸਤਾਂ ਦੇ ਨਾਲ ਕਰ ਦਿਓ, ਜਾਂ
ਜਿਨ੍ਹਾਂ ਨੂੰ ਲੋੜਵੰਦ ਨੇ, ਜਿਹੜੇ ਮੇਰੇ ਵੀਰ ਲੋੜਵੰਦ ਕੈਂਡੀਡੇਟ ਨੇ ਜਿਨ੍ਹਾਂ ਨੂੰ, ਉਹਨਾਂ ਦੇ ਨਾਲ ਵੀਡੀਓ ਜਿਹੜੀ ਹੈ ਜ਼ਰੂਰ ਸ਼ੇਅਰ ਕਰਿਆ ਕਰੋ। ਅਤੇ ਬਾਕੀ ਅਸੀਂ ਇਸ ਚੈਨਲ ਦੇ ਉੱਤੇ ਕਈ ਤਰ੍ਹਾਂ ਦੀਆਂ ਜੋਬਸ ਦੇ ਰਿਗਾਰਡਿੰਗ ਅਸੀਂ ਵੀਡੀਓ ਪਹਿਲਾਂ ਵੀ ਪਾਈਆਂ ਨੇ, ਜਿਵੇਂ ਪਿੱਛੇ ਜੇ ਕੱਲ੍ਹ ਆਪਾਂ ਪਟਿਆਲੇ ਦੇ ਰਿਗਾਰਡਿੰਗ ਜਿਹੜੀ ਆ, ਉਹ ਪਟਿਆਲੇ ਦੇ ਵਿੱਚ ਜਿਹੜੀਆਂ ਜੋਬਸ ਅਵੇਲੇਬਲ ਨੇ ਉਹਨਾਂ ਦੇ ਰਿਗਾਰਡਿੰਗ ਆਪਾਂ ਜਿਹੜੀ ਆ ਵੀਡੀਓ ਅਪਲੋਡ ਕਰੀਏ। ਉਹ ਵੀਡੀਓ, ਪੁਰਾਣੀਆਂ ਵੀਡੀਓਸ ਵੀ ਤੁਸੀਂ ਦੇਖ ਸਕਦੇ ਹੋ, ਉਹਨਾਂ ਦੇ ਵਿੱਚ ਜਿੰਨੇ ਵੀ ਪਹਿਲਾਂ ਐਡਰੈਸ, ਜਿਹੜੇ ਈਮੇਲ ਐਡਰੈਸ ਦਿੱਤੇ ਹੋਏ ਨੇ, ਉਹਨਾਂ ਈਮੇਲ ਐਡਰੈਸ ਦੇ ਉੱਤੇ ਆਪਣਾ ਅਪਡੇਟਡ CV ਜ਼ਰੂਰ ਜਿਹੜਾ ਉਹ ਪੋਸਟ ਕਰ ਦਿਆ ਕਰੋ, ਕਿਉਂਕਿ ਜੇ ਉੱਥੇ ਤੁਸੀਂ ਪੋਸਟ ਕਰ ਦਿਓਗੇ ਆਪਣਾ CV ਤਾਂ ਉਹ ਜਿਹੜੀ ਉਹਨਾਂ ਦੀ ਮੈਨੇਜਮੈਂਟ ਹੈ ਜਾਂ ਸਕੂਲ ਹੈ ਜਾਂ ਕਿਤੇ ਵੀ ਜਿਹੜੀ ਵੀ ਅਸੀਂ ਆਪਣੀਆਂ ਵੀਡੀਓਜ਼ ਦੇ ਵਿੱਚ ਸ਼ੇਅਰ ਕਰੀਆਂ ਹੋਈਆਂ ਨੇ ਵੈਕੈਂਟ ਪੋਜੀਸ਼ਨਸ ਜਿਹੜੀਆਂ ਨੇ, ਅਤੇ ਉੱਥੇ ਤੁਸੀਂ ਜੇ ਤੁਸੀਂ ਆਪਣਾ ਅਪਲੋਡ ਕਰ ਦਿਓਗੇ CV ਉਹਨਾਂ ਨੂੰ ਸੈਂਡ ਕਰ ਦਿਓਗੇ, ਤਾਂ ਕੀ ਹੈ ਕਿ ਉਹ ਜਦੋਂ ਵੀ ਕੋਈ ਪੋਸਟ ਰੇਜ਼ ਹੁੰਦੀ ਹੈ, ਜਦੋਂ ਵੀ ਕੋਈ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਤੁਹਾਨੂੰ ਉਹ ਕੋਲ ਕਰਕੇ ਬੁਲਾ ਸਕਦੇ ਨੇ। ਅਤੇ ਬਾਕੀ ਤੁਹਾਡਾ ਸੂਟੇਬਲ ਕੈਂਡੀਡੇਟ ਦੇ ਵਿੱਚ ਵੀ ਤੁਸੀਂ, ਤੁਹਾਡੀ ਜਿਹੜੀ ਉਹ ਸਿਲੈਕਸ਼ਨ ਉਹਦੇ ਵਿੱਚ ਹੋ ਸਕਦੀ ਹੈ, ਤੁਸੀਂ ਉਹ ਤੁਹਾਨੂੰ ਦੱਸ ਦੇਣਗੇ ਕਿ ਜੇ ਕੋਈ ਵੈਕੈਂਸੀ ਉਹਨਾਂ ਦੇ ਵਿੱਚ ਬਣਦੀ ਹੈ ਤਾਂ ਉਹ ਕੋਲ ਕਰਕੇ ਤੁਹਾਨੂੰ ਬੁਲਾ ਸਕਦੇ ਨੇ, ਅਤੇ ਇੰਟਰਵਿਊ ਦੇ ਲਈ ਉਹ ਕੋਲ ਤੁਹਾਨੂੰ ਦੇਣਗੇ। ਅਤੇ ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਪੋਸਟਾਂ ਦੇ ਰਿਗਾਰਡਿੰਗ ਅਸੀਂ ਇਸ ਚੈਨਲ ਦੇ ਉੱਤੇ ਲਗਾਤਾਰ ਤੁਹਾਡੇ ਨਾਲ ਜਿਹੜੀ ਉਹ ਗੱਲਬਾਤ ਕਰਦੇ ਹਾਂ, ਅਤੇ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਨਾਲ ਸੋਹਣ ਬਰਨਾਲਾ। ਅਤੇ ਠੀਕ ਹੈ ਜੀ ਦੋਸਤੋ, ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ ਦਿਸ ਵੀਡੀਓ। ਥੈਂਕ ਯੂ ਵੈਰੀ ਮੱਚ ਜੀ।